ਮੋਗਾ ਜ਼ਿਲ੍ਹੇ ਦੇ ਪਿੰਡ ਦੂਨੇਕੇ ਵਿੱਚ ਇੱਕ ਰਾਹ ਦੇ ਵਿਵਾਦ 'ਤੇ ਚੱਲਦਿਆਂ ਬਦਦਲ ਅਤੇ ਡਿਪਟੀ ਮੇਅਰ ਨੇ ਕਾਂਗਰਸੀ ਆਗੂ 'ਤੇ ਗੋਲੀ ਮਾਰ ਦਿੱਤੀ ਅਤੇ ਘਟਨਾ ਵਾਲੇ ਸਥਾਨ ਤੋਂ ਫਰਾਰ ਹੋ ਗਿਆ। ਜ਼ਖਮੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਦੂਨੇਕੇ ਵਿੱਚ ਗੁਰਦੁਆਰਾ ਸਾਹਿਬ ਦੇ ਰਸਤੇ ਦੀ 2 ਫੁੱਟ ਚੌੜਾਈ ਨੂੰ ਲੈ ਕੇ ਬਾਦਲ ਦਲ ਅਤੇ ਕਾਂਗਰਸੀਆਂ ਵਿਚਾਲੇ ਵਾਦ ਵਿਵਾਦ ਹਿੰਸਕ ਰੂਪ ਧਾਰਨ ਕਰ ਗਿਆ। ਬਾਦਲ ਦਲ ਦੇ ਡਿਪਟੀ ਮੇਅਰ ਜਰਨੈਲ ਸਿੰਘ ਨੇ ਕਾਂਗਰਸੀ ਆਗੂ ਕੁਲਵੰਤ ਸਿੰਘ 'ਤੇ ਗੋਲੀ ਮਾਰ ਦਿੱਤੀ ਅਤੇ ਘਟਨਾ ਵਾਲੇ ਸਥਾਨ ਤੋਂ ਫਰਾਰ ਹੋ ਗਿਆ। DSP ਸ਼ਹਿਰੀ ਪਰਮਜੀਤ ਸਿੰਘ ਨੇ ਮੋਗਾ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਰਨੈਲ ਸਿੰਘ ਨੇ ਆਪਣੀ ਬੰਦੂਕ ਨਾਲ ਗੋਲੀ ਚਲਾਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਗੁਰਦੁਆਰੇ ਦੀ ਜ਼ਮੀਨ 'ਤੇ ਕਬਜ਼ਾ ਕਰ ਰਹੇ ਸੀ। ਕੌਣ ਕਬਜ਼ਾ ਕਰ ਰਿਹਾ ਸੀ? ਜਰਨੈਲ ਡਿਪਟੀ ਮੇਅਰ ਜੀ। ਅੱਛਾ ਜੀ, ਹਾਂਜੀ। ਫਿਰ ਕੀ ਹੋਇਆ? ਇਹਨੇ ਪਰੇ ਦੀ 5-6 ਕਨਾਲ ਜ਼ਮੀਨ 'ਤੇ ਜੀ ਇਹਨੇ ਕਬਜ਼ਾ ਕੀਤਾ ਗਿਆ, ਜ਼ਿਮੀਂਦਾਰਾਂ ਦੀ ਜ਼ਮੀਨ 'ਤੇ ਜੀ। ਉਹ ਬੰਦੇ ਵਿਚਾਰੇ ਦਿਹਾੜੀਆਂ ਕਰਦੇ ਜੀ ਅੱਜ ਦੇ ਟਾਈਮ 'ਤੇ, ਅਤੇ ਉਹ ਜ਼ਮੀਨ ਦੀ ਕੀਮਤ ਵਧਾਉਣ ਦਾ ਮਹਾਰਾਜ ਜੀ 11 ਫੁੱਟ ਰਸਤਾ ਜੀ, ਸਾਡਾ ਕੋਚਿਆਂ ਵਾਲੇ ਸੰਤਾਂ ਨਾਲ ਵੀ ਬਹਿ ਕੇ ਰਾਜ਼ੀਨਾਮਾ ਹੋ ਗਿਆ ਸੀਗਾ, 11 ਫੁੱਟ ਰਸਤਾ ਹੀ ਰਹੂਗਾ ਜੀ। ਇਹ ਰਸਤਾ ਚੌੜਾ ਕਰਨ ਲੱਗੇ ਸੀਗੇ ਜੀ ਅੱਜ, ਅਤੇ ਉੱਥੇ ਅਸੀਂ ਤਾਂ ਕਮੇਟੀ ਵੱਲੋਂ ਗਏ ਸੀਗੇ ਜੀ। ਆਉਂਦੇ ਵੀ ਪਹਿਲਾਂ ਤਾਂ ਇਹਦੇ ਮਾਰੋ ਗੋਲੀ ਫੜ ਕੇ ਜੀ, ਮੈਨੂੰ 3-4 ਬੰਦਿਆਂ ਨੇ ਫੜ ਲਿਆ ਜੀ, ਦੂਜੇ 2 ਉਹਨਾਂ ਨੇ ਗਲਕਾਰਾ ਮਾਰਤਾ ਜੀ, ਉਹਦੇ ਵੀ ਇਹਦੇ ਮਾਰ ਗੋਲੀ। ਜਦੋਂ ਗੋਲੀ ਮਾਰੀ ਜੀ ਮੇਰੇ, ਮੈਂ ਤਾਂ ਡੱਗੀ ਪੈਣਾ ਸੀਗਾ, ਫਿਰ ਮੈਨੂੰ ਚੱਕ ਕੇ ਜੀ ਇੱਥੇ ਲਿਆਏ ਜੀ। ਇਹ ਪਿੰਡ ਦੁਨੇਕੇ 'ਚ ਇੱਕ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ, ਉਹਦੇ ਵਿੱਚ ਦੀ ਇੱਕ ਰਸਤਾ ਜਾਂਦਾ 2 ਕਰਮ ਦਾ। ਉਹ ਰਸਤਾ ਪੱਕਾ ਕਰਨਾ ਸੀ, ਔਰ ਪੱਕਾ ਕਰਨ ਵਾਸਤੇ ਜਿਹੜਾ ਉਹ ਪਿੰਡ ਦੇ ਲੋਕ ਅਤੇ ਗੁਰਦੁਆਰਾ ਕਮੇਟੀ ਉੱਥੇ ਇਕੱਠੀ ਹੋਈ ਸੀ, ਅਤੇ ਉੱਥੇ ਮੌਕੇ 'ਤੇ ਹੀ ਜਿਹੜਾ ਜਰਨੈਲ ਸਿੰਘ ਜਿਹੜਾ ਉਸ ਏਰੀਏ ਦਾ MC ਹੈ ਅਤੇ ਡਿਪਟੀ ਮੇਅਰ ਵੀ ਹੈ, ਉਹ ਵੀ ਮੌਕੇ 'ਤੇ ਆ ਗਿਆ। ਇਹਨਾਂ ਦਾ ਉੱਥੇ ਆਪਸ ਦੇ ਵਿੱਚ ਜਿਹੜਾ ਉਹ ਰਸਤੇ ਨੂੰ ਚੌੜਾ ਕਰਨ ਦੀ ਖਾਤਰ ਉਹ ਤਾਂ ਇਹਨਾਂ ਦਾ ਤਕਰਾਰ ਹੋ ਗਿਆ, ਅਤੇ ਉੱਥੇ ਜਰਨੈਲ ਸਿੰਘ ਵੱਲੋਂ ਇੱਕ ਫਾਇਰ ਕੀਤਾ ਜਿਹੜਾ ਕੁਲਵੰਤ ਸਿੰਘ ਦੇ ਲੱਗਾ, ਜਿਹੜਾ ਹਸਪਤਾਲ ਦਾਖਲ ਹੈ, ਫਾਇਰ ਉਹਦੀ ਲੱਤ ਦੇ ਵਿੱਚ ਲੱਗਾ। ਮੈਂ ਮੌਕੇ 'ਤੇ ਜਾ ਕੇ ਵੀ ਕੁਛ ਜਾਣਕਾਰੀ ਇਕੱਠੀ ਕੀਤੀ ਹੈ, ਅਤੇ ਮੁੱਢਲੀ ਸਥਿਤੀ 'ਤੇ ਪਤਾ ਲੱਗਾ। ਬਾਕੀ ਉਹਦੀ ਕੁਲਵੰਤ ਦਾ ਬਿਆਨ ਲੈ ਕੇ ਜਿਹੜੇ ਕਾਰਵਾਈ ਕਰ ਰਹੇ ਹਾਂ। ਮੋਗਾ ਤੋਂ ਬਿੱਟੂ ਪੂਰਵਾ ਦੀ ਰਿਪੋਰਟ।